इस वेले दी अहम खबर। पंजाब सरकार ने नवीं गाइडलाइंस जारी करदिया दुकाना दा समा बदलिया। पंजाब सरकार ने नवे फैसले मुताबिक हुण रोजाना सवेरे 7 बजे दुकाना दे खोलन दा समा रख्या गया अते दुकाना दोपहर 3 बजे तक खुलियां रहनगियां। इस दे नाल ही सरकार ने ऐलान किया कि बैंक पहला वांग ही अपने निर्धारित समय ते खोले जाणगे, जिस दा समा सवेरे 9 बजे तो दोपहर 1 बजे तक दा रख्या होया है। दस दईए कि पहला दुकाना खोलन दा समा सवेरे 9 बजे तो दोपहर 1 बजे तक दा सी, पर हुण नवीं गाइडलाइंस अनुसार सरकार ने पूरे पंजाब भर विच दुकाना खोलन दा समा सवेरे 7 बजे तो दोपहर 3 बजे तक दा रख्या गया है। इस दे नाल ही अज लुधियाना दे डीसी प्रदीप अग्रवाल वल्लों भी मीडिया नाल गल्लबात करदियां दस्सिया कि करफ्यू दौरान छूट दी शुरुआत मिती 7 मई तो शुरू होवेगी। उन्होंने ने भी पंजाब सरकार दे हुक्मां अनुसार लुधियाने जिले दुकाना दा समा सवेरे 7 तो दोपहर 3 बजे तक दा दस्या। ब्यूरो रिपोर्ट सिंह मीडिया चैनल। अज 6 मई 2020 तक जिला लुधियाना विच 3608 सैंपल जिहड़े हैगे ओह कलेक्ट कीते गए ने, जिहदे विचों 3267 सैंपलां दी रिपोर्ट जिहड़ी हैगी ओह प्राप्त हो चुकी है। कल दी रिपोर्ट दे मुताबिक असीं 124 केस जिहड़े सीगे ओह पॉजिटिव दस्से सीगे, लेकिन जद असीं उन्हां नूं एनालाइज कीता तां 1 केस जिहड़ा हैगा ओह जिला बठिंडे नाल संबंधित निकलिया हैगा। तां साडे जिला लुधियाना दे जिहड़े सैंपल हैगे ओह हुण 123 हो गए ने, और अब बाहरले डिस्ट्रिक्टां दे जिहड़े सैंपल्स हो गए ने ओह 20 हो गए ने। 3124 सैंपल जिहड़े हैगे ओह नैगेटिव पाए गए ने। 8 पेशेंट जिहड़े होंगे हैगे ओह हाले तक क्योर्ड हो चुके ने, ते 5 पेशेंट्स की हाले तक डैथ हो चुकी है। ਤਾਂ ਜ਼ਿਲ੍ਹਾ ਲੁਧਿਆਣਾ ਦੇ 110 ਕੇਸਿਸ ਜਿਹੜੇ ਹੈਗੇ ਉਹ ਇਸ ਵੇਲੇ ਐਕਟਿਵ ਕੇਸਿਸ ਹੈਗੇ, ਜੋ ਕਿ ਜਿਨ੍ਹਾਂ ਦਾ ਇਲਾਜ ਜਿਹੜਾ ਹੈਗਾ ਗਵਰਨਮੈਂਟ ਫੈਸਿਲਿਟੀਜ਼ ਦੇ ਵਿੱਚ ਚੱਲ ਰਿਹਾ ਹੈ। ਮਾਈਗ੍ਰੈਂਟਸ ਲੇਬਰ ਦੀ ਹੁਣ ਤੱਕ 3 ਟ੍ਰੇਨਸ ਜਿਹੜੀਆਂ ਹੈਗੀਆਂ ਉਹ ਜ਼ਿਲ੍ਹਾ ਲੁਧਿਆਣਾ ਤੋਂ ਅਸੀਂ ਵੱਖ ਵੱਖ ਸਟੇਟਾਂ ਦੇ ਵਾਸਤੇ ਭੇਜ ਚੁੱਕੇ ਹਾਂ, ਜਿਨ੍ਹਾਂ ਵਿੱਚੋਂ 2 ਟ੍ਰੇਨਸ ਜਿਹੜੀਆਂ ਹੈਗੀਆਂ ਉਹ ਯੂਪੀ ਦੇ ਵਾਸਤੇ, ਅਤੇ 1 ਟ੍ਰੇਨ ਜਿਹੜੀ ਹੈਗੀ ਉਹ 4 ਘੰਟੇ ਦੇ ਵਾਸਤੇ ਗਈ ਹੈਗੀ। ਅਸੀਂ ਜਿਹੜੇ ਵੀ ਪੈਸੇਂਜਰਸ ਹੈਗੇ ਜਿਨ੍ਹਾਂ ਨੂੰ ਇਸ ਇਹਨਾਂ ਟ੍ਰੇਨਾਂ ਦੇ ਰਾਹੀਂ ਭੇਜਣਾ ਹੁੰਦਾ ਹੈ, ਉਹਨਾਂ ਨੂੰ ਅਸੀਂ ਐਡਵਾਂਸ ਦੇ ਵਿੱਚ SMS ਜਿਹੜਾ ਹੈਗਾ ਉਹ ਭੇਜਦੇ ਨੇ। ਉਹਨਾਂ ਨੂੰ ਜਦ ਬੱਸਾਂ 'ਚ ਬਿਠਾਇਆ ਜਾਂਦਾ ਤਾਂ ਉਦੋਂ ਉਹਨਾਂ ਦੇ SMS ਜਿਹੜੇ ਹੈਗੇ ਉਹ ਚੈੱਕ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਇੱਕ ਜਿਹੜੀ ਡੈਜਿਗਨੇਟਿਡ ਥਾਂ ਅਸੀਂ ਬਣਾਈ ਹੈਗੀ, ਉੱਥੇ ਉਹਨਾਂ ਦਾ ਮੈਡੀਕਲ ਸਕਰੀਨਿੰਗ ਜਿਹੜੀ ਹੈਗੀ ਉਹ ਕੀਤੀ ਜਾਂਦੀ ਹੈ, ਔਰ ਜਿਹੜੇ ਬੰਦੇ ਮੈਡੀਕਲ ਸਕਰੀਨਿੰਗ ਦੇ ਵਿੱਚ ਠੀਕ ਪਾਏ ਜਾਂਦੇ ਨੇ ਉਹਨਾਂ ਨੂੰ ਫਿਰ ਟ੍ਰੇਨਾਂ ਦੇ ਰਾਹੀਂ ਬੋਰਡ ਕਰਾ ਕੇ ਉਹਨਾਂ ਦੇ ਰੈਸਪੈਕਟਿਵ ਸਟੇਟਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ। ਤਾਂ ਹੁਣ ਤੱਕ ਇਸ ਪ੍ਰੋਸੈਸ ਜਿਹੜਾ ਹੈਗਾ ਉਹ ਕਾਫੀ ਸਮੂਥ ਤਰੀਕੇ ਨਾਲ ਚੱਲਦਾ ਪਿਆ। ਕੱਲ 1 ਟ੍ਰੇਨ ਅਤੇ ਅੱਜ 2 ਟ੍ਰੇਨ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਗਈਆਂ ਨੇ। ਅਸੀਂ ਹੋਰ ਟ੍ਰੇਨਸ ਦੀ ਜਿਹੜੀ ਹੈਗੀ ਡਿਮਾਂਡ ਕਰ ਰਹੇ ਹਾਂ। ਸਾਡੇ ਸਟੇਟ ਦੇ ਜਿਹੜੇ ਨੋਡਲ ਆਫੀਸਰਸ ਹੈਗੇ ਉਹ ਕੰਸਰਨਡ ਸਟੇਟਾਂ ਦੇ ਨਾਲ ਟਾਈ ਅਪ ਕਰਕੇ ਉਹ NOCs ਲੈ ਕੇ ਰੇਲਵੇ ਨੂੰ ਇੰਡੈਂਟ ਪੇਸ ਕਰੇ ਜਾ ਰਹੇ ਨੇ, ਔਰ ਜਿਵੇਂ ਜਿਵੇਂ ਸਾਡੇ ਕੋਲ ਕਨਫਰਮੇਸ਼ਨ ਟ੍ਰੇਨ ਦੀ ਆਈ ਜਾ ਰਹੀ ਹੈ ਅਸੀਂ ਲੋਕਾਂ ਨੂੰ ਇਹਨਾਂ ਟ੍ਰੇਨਾਂ ਦੇ ਰਾਹੀਂ ਭੇਜੇ ਜਾ ਰਹੇ ਹਾਂ ਅਤੇ ਅੱਗੇ ਵੀ ਭੇਜਦੇ ਰਹਾਂਗੇ। ਇਸ ਤੋਂ ਇਲਾਵਾ ਇਹ ਵੀ ਗੱਲ ਸ਼ੇਅਰ ਕਰਨ ਦੇ ਵਿੱਚ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਪਿਛਲੇ 5-7 ਦਿਨਾਂ ਦੇ ਵਿੱਚ ਕਾਫੀ ਇੰਡਸਟਰੀਆਂ ਵੱਲੋਂ ਆਪਣਾ ਕੰਮ ਜਿਹੜਾ ਹੈਗਾ ਉਹ ਚਾਲੂ ਕੀਤਾ ਗਿਆ ਹੈਗਾ, ਔਰ ਐਸ ਪਰ ਇੰਡਸਟਰੀ ਡਿਪਾਰਟਮੈਂਟ ਡੇਟਾ ਤਕਰੀਬਨ 5,000 ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਆਪਣਾ ਸੈਲਫ ਡਿਕਲੇਰੇਸ਼ਨ ਦੇ ਕੇ ਆਪਣਾ ਕੰਮ ਜਿਹੜਾ ਹੈਗਾ ਉਹ ਚਾਲੂ ਕੀਤਾ ਹੋਇਆ ਹੈ। ਤਾਂ ਇਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਕਾਫੀ ਲੇਬਰਸ ਦੀ ਜਿਹੜੀ ਵਰਕਰਸ ਦੀ ਪ੍ਰੋਬਲਮ ਹੈਗੀ ਕਿ ਉਹਨਾਂ ਨੂੰ ਕੋਈ ਕੰਮ ਨਹੀਂ ਸੀਗਾ, ਉਹ ਪ੍ਰੋਬਲਮ ਜਿਹੜੀ ਹੈਗੀ ਉਹ ਕਾਫੀ ਹੱਦ ਤੱਕ ਸੋਲਵ ਹੋ ਜਾਊਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੋਕਡਾਊਨ 3.0 ਦੇ ਵਾਸਤੇ ਕੁਝ ਨਵੇਂ ਇੰਸਟਰਕਸ਼ਨ ਜਿਹੜੇ ਹੈਗੇ ਉਹ ਜਾਰੀ ਕੀਤੇ ਗਏ ਸੀਗੇ, ਜਿਨ੍ਹਾਂ ਦੇ ਮੁਤਾਬਿਕ ਅੱਜ ਜ਼ਿਲ੍ਹਾ ਲੁਧਿਆਣਾ ਦੇ ਵੀ ਨਵੇਂ ਇੰਸਟਰਕਸ਼ਨ ਜਿਹੜੇ ਹੈਗੇ ਉਹ ਜਾਰੀ ਕਰ ਦਿੱਤੇ ਗਏ ਨੇ। ਉਹਦੇ ਮੁਤਾਬਿਕ ਕੁਝ ਜਿਵੇਂ ਅਸੀਂ ਸਾਰੇ ਜਾਣਦੇ ਨੇ ਕਿ ਜ਼ਿਲ੍ਹਾ ਲੁਧਿਆਣਾ ਜਿਹੜਾ ਹੈਗਾ ਉਹ ਰੈੱਡ ਜ਼ੋਨ ਦੇ ਵਿੱਚ ਡਿਕਲੇਅਰ ਹੋਇਆ ਹੋਇਆ, ਬਟ ਹਾਲੇ ਵੀ ਕੋਈ ਵੀ ਇਹੋ ਜਿਹੀ ਥਾਂ ਨਹੀਂ ਹੈਗੀ ਜਿੱਥੇ ਕਿ ਸਾਡੇ 15 ਜਾਂ 15 ਤੋਂ ਵੱਧ ਕੇਸ ਹੋਣ। ਤਾਂ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੋਈ ਵੀ ਕੰਟੇਨਮੈਂਟ ਜ਼ੋਨ ਜਿਹੜਾ ਹੈਗਾ ਉਹ ਨਹੀਂ ਹੈਗਾ। ਸਾਰੇ ਕੇਸ ਕੁਝ ਏਰੀਆ ਜਿਹੜੇ ਹੈਗੇ ਤਕਰੀਬਨ 9 ਏਰੀਆਜ਼ ਅਸੀਂ ਰਿਸਟ੍ਰਿਕਟਿਡ ਜਾਂ ਹਾਈ ਪ੍ਰਾਇਓਰਿਟੀ ਏਰੀਆ ਜਿਹੜੇ ਹੈਗੇ ਉਹ ਡਿਕਲੇਅਰ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ 2 ਜਾਂ 2 ਤੋਂ ਵੱਧ ਕੇਸਿਸ ਹੈਗੇ, ਲੇਕਿਨ 15 ਤੋਂ ਵੱਧ ਕੋਈ ਵੀ ਕੇਸ ਨਾ ਹੋਣ ਕਰਕੇ ਇਸ ਵੇਲੇ ਕੋਈ ਵੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੰਟੇਨਮੈਂਟ ਜ਼ੋਨ ਜਿਹੜਾ ਹੈਗਾ ਉਹ ਨਹੀਂ ਹੈਗਾ। ਤਾਂ ਇਹਦੇ ਵਾਸਤੇ ਅਸੀਂ ਕਾਫੀ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਕਲੀਅਰ ਕੀਤੀਆਂ ਹੈਗੀਆਂ ਕਿ ਜਿਵੇਂ ਟਰੈਵਲ ਜਿਹੜਾ ਹੈਗਾ ਏਅਰ ਰੇਲਵੇ ਦਾ ਉਹ ਜਨਰਲ ਤੌਰ 'ਤੇ ਪਰਮਿਟਡ ਨਹੀਂ ਹੋਊਗਾ, ਕੇਵਲ ਔਰ ਕੇਵਲ ਸਟੇਟ ਵੱਲੋਂ ਜਿਹੜੀ ਟ੍ਰੇਨਸ ਮੰਗੀਆਂ ਜਾ ਰਹੀਆਂ ਨੇ ਉਹੀ ਟ੍ਰੇਨ ਜਿਹੜੀਆਂ ਹੈਗੀਆਂ ਉਹ ਚੱਲਣਗੀਆਂ। ਇੰਟਰ ਸਟੇਟ ਬੱਸਾਂ ਦੀ ਜਿਹੜੀ ਮੂਵਮੈਂਟ ਹੈਗੀ ਉਹ ਵੀ ਮਨਾ ਹੈਗੀ। ਐਜੂਕੇਸ਼ਨਲ ਇੰਸਟੀਟਿਊਟ, ਸਕੂਲ, ਕਾਲਜਿਸ, ਟ੍ਰੇਨਿੰਗ, ਕੋਚਿੰਗ ਇੰਸਟੀਟਿਊਟ ਇਹ ਸਾਰੇ ਦੇ ਸਾਰੇ ਹਾਲੇ ਵੀ ਬੰਦ ਰਹਿਣਗੇ। ਹੋਸਪਿਟੈਲਿਟੀ ਸਰਵਿਸਿਜ਼, ਸਿਨੇਮਾ ਹਾਲਸ, ਮਾਲ, ਜਿਮਨੇਜ਼ੀਅਮ, ਸਪੋਰਟਸ ਕੰਪਲੈਕਸ ਇਹ ਸਾਰੇ ਬੰਦ ਰਹਿਣਗੇ, ਔਰ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਹਾਲੇ ਪਰਮਿਸ਼ਨ ਨਹੀਂ ਦਿੱਤੀ ਹੈਗੀ। ਜਿਹੜੀ ਪਰਮਿਸ਼ਨਾਂ ਅਸੀਂ ਦਿੱਤੀਆਂ ਹੋਈਆਂ ਨੇ ਉਹ ਇਸ ਤਰੀਕੇ ਨਾਲ ਹੈਗੀਆਂ ਕਿ ਮੂਵਮੈਂਟ ਜਿਹੜਾ ਹੈਗਾ ਇੰਡੀਵਿਜੁਅਲਸ ਦਾ ਉਹ ਸਵੇਰੇ 7 ਵਜੇ ਤੋਂ 11 ਵਜੇ ਤੱਕ ਜਿਹੜਾ ਹੈਗਾ
ਉਹ ਆਦਮੀ ਜਿਹੜਾ ਹੈਗਾ ਉਹ ਕਰ ਸਕਦਾ ਹੈ ਆਪਣੇ ਇੱਕ ਪਰਿਵਾਰ ਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬਾਹਰ ਨਿਕਲ ਸਕਦਾ ਹੈ ਆਪਣੇ ਕਿਸੇ ਵੀ ਅਸੈਂਸ਼ਲ ਸਾਮਾਨ ਦੀ ਸਪਲਾਈ ਦੇ ਵਾਸਤੇ ਸੌਰੀ ਡਿਮਾਂਡ ਦੇ ਵਾਸਤੇ ਅਕਾਊਂਟਰ ਪਰਚੇਜ਼ ਦੇ ਵਾਸਤੇ ਉਹ ਜਾ ਸਕਦਾ ਹੈ। ਸਵੇਰੇ 11 ਵਜੇ ਤੋਂ 7 ਵਜੇ ਤੱਕ ਚੇਂਜ ਕਰਨਾ ਪਵੇਗਾ। ਵੱਖ ਵੱਖ ਪਰਮਿਸ਼ਨਾਂ ਦਾ ਸਵਾਲ ਹੈਗਾ। ਹੁਣ ਨਵੀਂ ਹਿਦਾਇਤਾਂ ਜਿਹੜੀਆਂ ਹੈਗੀਆਂ ਇਸ ਬਾਬਤ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹਦੇ ਮੁਤਾਬਕ ਕੁਛ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਹਾਲੇ ਵੀ ਪਰਮਿਟਿਡ ਨਹੀਂ ਹੋਣਗੀਆਂ, ਜਿਵੇਂ ਏਅਰ ਟਰੈਵਲ, ਰੇਲ ਟਰੈਵਲ, ਇੰਟਰ ਸਟੇਟ ਬੱਸਿਸ, ਐਜੂਕੇਸ਼ਨਲ ਇੰਸਟੀਟਿਊਟਸ, ਸਕੂਲਸ, ਕਾਲਜਿਸ, ਟ੍ਰੇਨਿੰਗ, ਕੋਚਿੰਗ ਇੰਸਟੀਟਿਊਸ਼ਨਸ, ਹੋਸਪਿਟੈਲਿਟੀ ਸਰਵਿਸਿਜ਼, ਸਿਨੇਮਾ ਹਾਲ, ਮਾਲ, ਜਿਮਨੇਜੀਅਮ, ਸਪੋਰਟਸ ਕੰਪਲੈਕਸ, ਸੋਸ਼ਲ, ਪੋਲੀਟੀਕਲ, ਕਲਚਰਲ ਐਂਡ ਅਦਰ ਟਾਈਪ ਆਫ ਗੈਦਰਿੰਗਸ, ਰਿਲੀਜੀਅਸ ਪਲੇਸਿਸ ਅਤੇ ਪੂਜਾ ਕਰਨ ਵਾਲੀ ਥਾਵਾਂ, ਇਹ ਸਾਰੀ ਚੀਜ਼ਾਂ ਜਿਹੜੀਆਂ ਕਿ ਰਾਤ ਨੂੰ 7 ਵਜੇ ਤੋਂ ਸਵੇਰੇ 7 ਵਜੇ ਤੱਕ ਕੋਈ ਵੀ ਇੰਡੀਵਿਜੁਅਲ ਦੀ ਮੂਵਮੈਂਟ ਇਹ ਸਾਰੀ ਦੀ ਸਾਰੀ ਪੂਰਨ ਤੌਰ 'ਤੇ ਬੰਦ ਰਹਿਣਗੀਆਂ। ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਅਲਾਊ ਨਹੀਂ ਕੀਤੀ ਜਾਣਗੀਆਂ ਇਹ ਚੀਜ਼ਾਂ। ਔਰ ਜਿਹੜੇ ਬਜ਼ੁਰਗ 65 ਸਾਲ ਤੋਂ ਵੱਧ ਹੈਗੇ, ਪ੍ਰੈਗਨੈਂਟ ਲੇਡੀਜ਼ ਹੈਗੀਆਂ, ਚਿਲਡਰਨ 10 ਸਾਲ ਤੋਂ ਘੱਟ ਹੈਗੇ, ਉਹਨਾਂ ਦੀ ਮੂਵਮੈਂਟ ਵੀ ਜਿਹੜੀ ਹੈਗੀ ਇਸ ਦੇ ਵਿੱਚ ਪਰਮਿਟ ਨਹੀਂ ਹੋਵੇਗੀ। ਜਿਹੜੇ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਦੀ ਇੰਡੀਵਿਜੁਅਲਸ ਦੀ ਮੂਵਮੈਂਟ ਹੈਗੀ ਉਹ ਕੁਛ ਕੰਡੀਸ਼ਨਾਂ ਦੇ ਨਾਲ ਅਲਾਊ ਕੀਤੀ ਗਈ ਹੈਗੀ, ਜਿਹੜੀ ਮੈਂ ਬਾਅਦ ਦੇ ਵਿੱਚ ਹੋਰ ਡਿਟੇਲ 'ਚ ਦੱਸਾਂਗਾ। ਇਸ ਤੋਂ ਇਲਾਵਾ OPD ਜਿਹੜੀ ਹੈਗੀ ਉਹ ਅਲਾਊਡ ਹੈਗੀ ਗਵਰਨਮੈਂਟ ਐਜ਼ ਵੈਲ ਐਜ਼ ਪ੍ਰਾਈਵੇਟ ਹੋਸਪਿਟਲਾਂ ਦੀ। ਇੰਟਰਾ ਡਿਸਟ੍ਰਿਕਟ ਐਂਡ ਇੰਟਰ ਡਿਸਟ੍ਰਿਕਟ ਬੱਸ ਜਿਹੜੀਆਂ ਹੈਗੀਆਂ ਉਹ ਪਰਮਿਟਿਡ ਹਾਲੇ ਨਹੀਂ ਹੋਣਗੀਆਂ। ਟੈਕਸੀਜ਼, ਕੈਬਸ, ਰਿਕਸ਼ਾ, ਆਟੋ ਰਿਕਸ਼ਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਾਲੇ ਵੀ ਚਾਲੂ ਨਹੀਂ ਰਹਿਣਗੀਆਂ। ਜਿਹੜੇ ਵੀ 4-wheeler ਅਲਾਊਡ ਹੋਣਗੇ, ਹੁਣ ਕਿਹੜੇ ਅਲਾਊਡ ਹੋਣਗੇ ਉਹ ਬਾਅਦ ਦੇ ਵਿੱਚ ਦੱਸਾਂਗਾ। ਜਿਹੜੇ ਵੀ ਅਲਾਊਡ ਵੀ ਹੋਣਗੇ 4-wheeler ਉਹ ਵੀ ਸਿਰਫ 1+2 ਯਾਨੀ ਕਿ ਇੱਕ ਡਰਾਈਵਰ ਅਤੇ 2 ਪੈਸੇਂਜਰ ਜਿਹੜੇ ਹੈਗੇ ਇਹਦੇ ਵਿੱਚ ਹੋ ਸਕਦੇ ਨੇ। ਟੋਟਲ ਮਿਲਾ ਕੇ 3 ਬੰਦੇ ਜਿਹੜੇ ਹੈਗੇ ਇੱਕ 4-wheeler ਦੇ ਵਿੱਚ ਹੋ ਸਕਦੇ ਨੇ। ਔਰ ਜੇ 2-wheeler ਕੋਈ ਗੱਡੀ ਚੱਲੂਗੀ ਤਾਂ ਉਹਦੇ ਵਿੱਚ ਸਿਰਫ ਔਰ ਸਿਰਫ ਡਰਾਈਵਰ ਹੋਊਗਾ, ਉਹਦਾ 4 ਪੈਸੇਂਜਰ ਜਿਹੜਾ ਹੈਗਾ ਉਹਦੇ ਬਾਈਕ ਦੇ ਉੱਤੇ ਨਹੀਂ ਬੈਠੂਗਾ। ਟ੍ਰੈਫਿਕ, ਗੁੱਡਸ ਟ੍ਰੈਫਿਕ ਜਿਹੜਾ ਹੈਗਾ ਉਹ ਸਾਰਾ ਦਾ ਸਾਰਾ ਪਰਮਿਟਿਡ ਹੋਵੇਗਾ। ਕੋਈ ਵੀ ਸਾਮਾਨ ਦੀ ਆਵਾਜਾਈ ਜਿਹੜੀ ਹੈਗੀ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਰੋਕਿਆ ਜਾਵੇਗਾ। ਪੇਂਡੂ ਸ਼ੋਪਸ ਜਿਹੜੀਆਂ ਹੈਗੀਆਂ ਹੁਣ ਸਵੇਰੇ 7 ਵਜੇ ਤੋਂ ਦੁਪਹਿਰ ਨੂੰ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਪਹਿਲਾਂ ਅਸੀਂ ਜਿਹੜੇ ਹੁਕਮ ਕੀਤੇ ਸੀਗੇ ਉਹ ਸਵੇਰੇ 9 ਵਜੇ ਤੋਂ 1 ਵਜੇ ਦੇ ਕੀਤੇ ਸੀਗੇ, ਲੇਕਿਨ ਹੁਣ ਹੁਕਮ ਜਿਹੜੇ ਹੈਗੇ ਉਹ ਸਵੇਰੇ 7 ਵਜੇ ਤੋਂ 3 ਵਜੇ ਤੱਕ ਦੇ ਕੀਤੇ ਜਾ ਰਹੇ ਨੇ। ਅਤੇ ਪੇਂਡੂ ਸ਼ੋਪ ਜਿਹੜੀਆਂ ਹੈਗੀਆਂ ਉਹ ਸਾਰੀ ਅਲਾਊਡ ਹੋਣਗੀਆਂ, ਐਕਸੈਪਟ ਸ਼ੋਪਿੰਗ ਮਾਲ ਜਿਹੜੇ ਹੈਗੇ ਉਹਨਾਂ ਦੇ ਵਿੱਚ ਪੇਂਡੂ ਸ਼ੋਪਸ ਜਿਹੜੀਆਂ ਹੈਗੀਆਂ ਉਹ ਅਲਾਊਡ ਨਹੀਂ ਹੋਣਗੀਆਂ। ਪੇਂਡੂ ਏਰੀਆ ਦੇ ਵਿੱਚ ਕੋਈ ਵੀ ਸ਼ੋਪ ਜਿਹੜੀ ਹੈਗੀ ਉਹ ਅਲਾਊਡ ਹੈ, ਕੋਈ ਵੀ ਕਮਰਸ਼ੀਅਲ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਸਾਰੀ ਅਲਾਊਡ ਹੈਗੀਆਂ ਸਵੇਰੇ 7 ਵਜੇ ਤੋਂ 3 ਵਜੇ ਦੇ ਵਿਚਕਾਰ। ਲੇਕਿਨ ਜਿਹੜੇ SOPs ਵਗੈਰਾ ਹੈਗੇ ਉਹਨਾਂ ਦੇ ਫੋਲੋ ਕਰਨੇ ਪੈਣਗੇ, ਲਾਈਨ ਵਗੈਰਾ, ਡਿਸਟੈਂਸ ਵਗੈਰਾ, ਸੋਸ਼ਲ ਡਿਸਟੈਂਸਿੰਗ, ਮਾਸਕ ਵਗੈਰਾ, ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਫੋਲੋ ਕਰਨੀਆਂ ਪੈਣਗੀਆਂ। ਇਸ ਤੋਂ ਇਲਾਵਾ ਜਿਹੜੇ ਅਰਬਨ ਏਰੀਆ ਦੇ ਵਿੱਚ ਜਿਹੜੀ ਅਸੈਂਸ਼ਲ ਆਈਟਮਸ ਦੀ ਦੁਕਾਨਾਂ ਹੈਗੀਆਂ ਉਹ ਸਵੇਰੇ 7 ਵਜੇ ਤੋਂ 3 ਵਜੇ ਤੱਕ ਹੁਣ ਖੁੱਲ੍ਹ ਸਕਦੀਆਂ ਹਨ, ਕਾਊਂਟਰ ਸੇਲ ਕਰ ਸਕਦੀਆਂ ਹਨ, ਔਰ 3 ਵਜੇ ਤੋਂ ਸ਼ਾਮੀ 7 ਵਜੇ ਤੱਕ ਉਹ ਹੋਮ ਡਿਲੀਵਰੀ ਵੀ ਕਰ ਸਕਦੀਆਂ ਹਨ, ਜਿਹੜੀ ਅਸੈਂਸ਼ਲ ਕਮੋਡਿਟੀ ਦੀ ਦੁਕਾਨਾਂ ਹੈਗੀਆਂ। ਇਸ ਤੋਂ ਇਲਾਵਾ ਜਿਹੜੇ ਅਰਬਨ ਸਟੈਂਡ ਅਲੋਨ ਦੁਕਾਨਾਂ ਹੈਗੀਆਂ, ਨੇਬਰਹੁੱਡ ਦੁਕਾਨਾਂ ਹੈਗੀਆਂ ਅਤੇ ਰੈਜੀਡੈਂਸ਼ੀਅਲ ਪ੍ਰਮਾਈਸਿਸ ਦੇ ਵਿੱਚ ਦੁਕਾਨਾਂ ਹੈਗੀਆਂ ਉਹ ਵੀ ਸਵੇਰੇ 7 ਵਜੇ ਤੋਂ 3 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਲੇਕਿਨ ਦੁਕਾਨਾਂ ਜਿਹੜੀਆਂ ਮਾਰਕੀਟਾਂ ਦੇ ਵਿੱਚ ਜਾਂ ਮਾਰਕੀਟ ਕੰਪਲੈਕਸਾਂ ਦੇ ਵਿੱਚ ਜਾਂ ਸ਼ੋਪਿੰਗ ਮਾਲ ਦੇ ਵਿੱਚ ਹੈਗੀਆਂ ਉਹ ਦੁਕਾਨਾਂ ਹਾਲੇ ਨਹੀਂ ਖੁੱਲ੍ਹ ਸਕਦੀਆਂ, ਐਕਸੈਪਟ ਅਸੈਂਸ਼ੀਅਲ ਸਰਵਿਸ, ਅਸੈਂਸ਼ੀਅਲ ਦੁਕਾਨਾਂ, ਰਾਸ਼ਨ ਵਗੈਰਾ ਦੀ ਦੁਕਾਨਾਂ ਜਿਹੜੀਆਂ ਹੈਗੀਆਂ ਉਹੀ ਖੁੱਲ੍ਹ ਸਕਦੀਆਂ ਹਨ ਮਾਲ ਮਾਰਕੀਟ ਵਗੈਰਾ ਦੇ ਵਿੱਚ, ਲੇਕਿਨ ਜਨਰਲ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਨਹੀਂ ਖੁੱਲ੍ਹ ਸਕਦੀਆਂ। ਬਾਰਬਰ, ਸੈਲੂਨ, ਸਪਾ ਇਸ ਤਰ੍ਹਾਂ ਦੀ ਜਿਹੜੇ ਸਰਵਿਸਿਸ ਸੈਕਟਰ ਦੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਹਾਲੇ ਨਾ ਪੇਂਡੂ ਏਰੀਆ 'ਚ ਖੁੱਲ੍ਹ ਸਕਦੀਆਂ ਹਨ ਨਾ ਅਰਬਨ ਏਰੀਆ ਦੇ ਵਿੱਚ ਖੁੱਲ੍ਹ ਸਕਦੀਆਂ ਹਨ। ਜਿਹੜਾ ਕੰਸਟਰਕਸ਼ਨ ਹੈਗਾ ਰੂਰਲ ਏਰੀਆ ਦੇ ਵਿੱਚ ਉਹ ਹੁਣ ਪਰਮਿਟਿਡ ਹੈਗਾ, ਉਹਦੇ ਵਾਸਤੇ ਸਿਰਫ ਔਰ ਸਿਰਫ ਸਾਨੂੰ ਇੱਕ ਸੈਲਫ ਡਿਕਲੇਰੇਸ਼ਨ ਬੰਦਾ ਲਿਖ ਕੇ ਭੇਜੂਗਾ ਕਿ ਮੈਂ ਸਾਰੇ ਦੇ ਸਾਰੇ ਕੋਵਿਡ ਦੀ ਪਾਲਣਾ ਕਰਾਂਗਾ, ਇਸ ਤੋਂ ਇਲਾਵਾ ਉਸਨੂੰ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੋਵੇਗੀ। ਅਰਬਨ ਏਰੀਆ ਦੇ ਵਿੱਚ ਸਿਰਫ ਉਹ ਕੰਸਟਰਕਸ਼ਨ ਜਿਹੜੇ ਹੈਗੇ ਉਹ ਅਲਾਊ ਕੀਤੇ ਜਾਣਗੇ ਜਿਹੜੇ ਕਿ ਆਲਰੇਡੀ ਚਾਲੂ ਸੀਗੇ ਅਤੇ ਜਿਹੜੇ ਬੰਦੇ ਲੇਬਰ ਨੂੰ ਆਪਣੀ ਸਾਈਟ ਦੇ ਉੱਤੇ ਰੱਖਣ ਵਾਸਤੇ ਪਾਬੰਦ ਹੋਵਾਂਗੇ। ਇਹਦੇ ਵਾਸਤੇ ਵੀ ਹੁਣ ਕਿਸੇ ਵੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ। ਜਿਹੜਾ ਅਸੀਂ ਈਮੇਲ ACG ਪਹਿਲਾਂ ਦਿੱਤਾ ਸੀਗਾ ACGLudhiana@gmail.com, ਉਸ ਦੇ ਉੱਤੇ ਸਿਰਫ ਔਰ ਸਿਰਫ ਸੈਲਫ ਡਿਕਲੇਰੇਸ਼ਨ ਜਿਹੜੀ ਹੈਗੀ ਉਹ ਲਿਖ ਕੇ ਜਿਹੜਾ ਕੰਟੈਕਟ ਹੈਗਾ ਉਹ ਸਾਨੂੰ ਭੇਜ ਸਕਦਾ ਔਰ ਆਪਣਾ ਕੰਮ ਜਿਹੜਾ ਹੈਗਾ ਉਹ ਚਾਲੂ ਕਰ ਸਕਦਾ ਹੈ।
जिहड़ी लेबर हैगी उस लेबर दा उन्होंने मौके दे उत्ते ही अरेंजमेंट जिहड़ा हैगा वो करना होगा। जिहड़े कदे आर्किटेक्ट या कुछ इस तरह के बंदे जिहड़े हुंदे आ जिन्हां नूं कि कदे कदे वर्क साइट ते जाना हुंदा है उहदे वास्ते ई पास जिहड़ा हैगा वो जारी करवाया जा सकता है। जे वह बंदे पैदल जाना चाहते हैं तो पैदल के वास्ते उन्होंने सुबह 9-7 बजे तो 3 बजे के विचकार किसी भी तरह के ई पास की जरूरत नहीं होगी। जे कोई बंदा गड्डी की वरतों करना चाहता है तो उन्होंने इस दे वास्ते पास जिहड़ा हैगा वह लेना पवेगा। एग्रीकल्चर हॉर्टीकल्चर एनिमल हस्बेंडरी वैटनरी असेंशियल सर्विस जिहड़ियां हैगियां वह सारी बदस्तूर जारी रहनगियां। बैंक के फाइनेंसिस के वास्ते वर्किंग आवर जिहड़े हैंगे वह 9 बजे तो 1 बजे तक इहो जिहे होणगे जिहदे विच वह पब्लिक के नाल डील कर सकते हैं, लेकिन 1 बजे तो बाद वह पब्लिक नाल डील नहीं कर सकांगे। उस तो बाद वह अपने ऑफिस का काम जिहड़ा हैगा वह कर सकते हैं और अपनी लोड के मुताबिक 3 बजे तक 5 बजे तक जब तक वो करना चाहो वो कर सकते हैं, लेकिन 5 बजे तो बाद इसकी परमिशन नहीं होगी। कुरियर पोस्टल सर्विसेज वगैरह जिहड़ियां हैगियां वह 9 बजे तो 1 बजे तक अलाउ होगियां। असेंशियल गुड्स आईटी जूट पैकिंग इंडस्ट्री जिहड़ी हैगी वह सारी की सारी अलाउड होगी। इंडस्ट्री रूरल एरिया दे विच जिहड़ी हैगी वह परमिटेड हैगी, कोई सिर्फ और सिर्फ सैल्फ डिक्लेरेशन उन्हां वल्लों सानू भेजा जाना है और वो अपना काम जिहड़ा हैगा चालू कर सकते हैं। इस तों अलावा इंडस्ट्रियल एरिया डेजिग्नेटेड इंडस्ट्रियल एरिया मास्टर प्लान के मुताबिक अर्बन फोकल पॉइंट्स इंडस्ट्रियल स्टेट इन्हां दे विच इंडस्ट्री की पूरी परमिशन होगी, बंदे नूं कोई स्पेशल परमिशन लैण की लोड़ नहीं हैगी, वह सिर्फ और सिर्फ अपना एक सैल्फ डिकलेरेशन जिहड़ा हैगा gmdiclubdhiana@gmail.com ते कर सकदा है। मालिक दे वास्ते उस जिहड़ा उसके कोल उद्योग आधार जिहड़ा हैगा उहदे राही वह अपने घरों इंडस्ट्री तक मूवमेंट जिहड़ी हैगी कर सकदा है। बाकी अपने इंपलॉयज दे वास्ते मालिक ही जिहड़ा हैगा वह आई कार्ड जारी कर सकता है, वह उन्होंने कोई भी इंडस्ट्री डिपार्टमेंट तो या किसी भी प्राइवेट ऑफिस के ओनर नू अपने अपने वर्कर दे वास्ते स्पेशल पासिस की लोड़ नहीं होगी, वह अपने अपने वालों ही अपने स्टाफ नू पास जिहड़ा हैगा या आईडी कार्ड जिहड़ा हैगा वह फोटो आईडी कार्ड जिहड़ा हैगा जारी कर सकता है। लेकिन इस दे विच एक इंपोर्टेंट जिहड़ी चीज़ हैगी वह यह हैगी कि प्राइवेट ऑफिस ते गवर्नमेंट ऑफिस दे विच 33% का वध मुलाजम जिहड़े हैंगे वह नहीं होने चाहिए हैं। एजुकेशनल इंस्टीट्यूशन जिहड़े हैंगे वह ऑफिस वर्क जिहड़ा हैगा वह कर सकते हैं, ऑनलाइन टीचिंग बुक डिस्ट्रीब्यूशन वगैरह जिहड़ा इहदा काम हैगा वह कर सकते हैं, लेकिन 33% तो वध स्टाफ जिहड़ा हैगा वह नहीं बुलावांगे और इस दे वास्ते उन्हां नूं कोई स्पैशल परमिशन जिहड़ी हैगी वह लैण की लोड़ नहीं हैगी। स्कूल दे आई कार्ड जिहड़े बने होणगे उही स्टाफ दे वास्ते उन्हां नूं मान्य किया जाएगा। सेंट्रल गवर्नमेंट ऑफिसिज अदर ऑफिसिज इस सारे दे वास्ते उन्हां दे दफ्तरी आई कार्ड जिहड़े हैंगे उही काफ़ी होणगे। जिहड़े सीनियर रैंक दे ऑफिसर्स हैंगे ए ग्रुप ए दे ऑफिसर्स वगैरह हैंगे उन्हां दे वो 100% उन्हां दी हाजिरी होवेगी, ते बाकी जिहड़े ऑफिसर्स हैंगे या स्टाफ हैगा जिहड़ा कि नॉन असेंशियल है लाइक पुलिस कॉरपोरेशन डिस्ट्रिक्ट एडमिनिस्ट्रेशन फायर इमर हेल्थ इन्हां तों अलावा जिहड़े भी ऑफिसर्स हैंगे वो 33% स्टाफ दे नाल अपना काम करनगे, बाकी स्टाफ नूं वो घरों ही काम करवावांगे। पंजाब गवर्नमेंट के ऑफिस वास्ते ऑलरेडी DOPD वालों हिदायत जारी कीतियां हैं जिड़ी कि मैं समराइज कर दित्तियां हैगियां। इस तों अलावा जिड़ी भी MHA गाइडलाइनस के जिड़ी चीज़ परमिटेड हैगी उस सारी की सारी चीज़ा जिहड़ियां हैगियां वो असी परमिट कर दित्तियां हैगियां, लेकिन ये सारी हिदायत जिहड़ियां हैगियां वो इस करके कीतियां गईयां हन कि लोगों की पब्लिक की जिहड़ी सहूलत हैं उन्होंने ध्यान में रखते हुए की गई हैं। मेरी एको ही केवल रिक्वेस्ट है कि सारे के सारे लोगों को कि काइंडली जी सहूलत या कंसेशन हुण मिलियां हैगियां उहदे उहदी डिसिपलिन दे नाल फॉलो करन, कोई भी इहो जिहा काम ना करन कि जिहड़ा परपज सीगा ये लॉकडाउन करन दा या कर्फ्यू लाउन दा वो सारा का सारा परपज जिहड़ा हैगा सब साडा डिफीट हो जाए। तो सारे लोग इसकी सैल्फ डिसिपलिन दे नाल हुण इहनूं चंगी तरह फॉलो करन और इहनूं फॉलो करके इस बीमारी नूं कंट्रोल करने के सरकार का और अपना साथ दें। जो मूवमेंट ऑफ व्हीकल हैगा उसके वास्ते मैं थोड़ा सा फिर क्लैरीफाई करना चाहवागा, जो गवर्नमेंट ऑफिसर्स हैंगे वो अपने ड्यूटी आवर्स के अपने आइडेंटिटी कार्ड के अपना व्हीकल जोड़ा हैगा वरत सकते हैं। हेल्थ केयर इस्टैबलिशमेंट हॉस्पिटल नर्सिंग होम्स एक्सेट्रा ये भी अपने आई कार्ड के नाल अपना गड्डी की जी है वो वरतों कर सकते हैं, ये वास्ते कोई भी स्पेशल पास की लोड़ नहीं हैगी ना गवर्नमेंट ऑफिसर्स के वास्ते हैगी। कोई भी बैंक रेलवे इंस्टीट्यूशनल पोस्ट ऑफिस
इन्हों वास्ते भी किसी भी तरह के पास की लोड़ नहीं है। अपने आई कार्ड के ड्यूटी आवर्स व्हीकल वरत सकते हैं। प्राइवेट ऑफिसिस के वास्ते भी जिहड़ियां गड्डियां हैगियां लोगों को जो जाना है किसी ने अपने दफ्तर के वास्ते जाना है प्राइवेट ऑफिसिस के जाना है तो दफ्तरी आवर के अपना आई कार्ड के नाल अपने इंपलॉयर वालों जो आई कार्ड जारी किया गया है वो ही अपने वर्किंग प्लेस के जाने लिए अपनी गड्डी की वरतों कर सकते हैं। इंडस्ट्रियलिस्ट मैनेजमेंट ओनर्स जिन्हें भी हैंगे उन्होंने इंपलॉयर के वालों जो आई कार्ड उन्होंने इशू किया गया है उसके मूवमेंट कर सकते हैं। इंडस्ट्रियल लेबर जी है वर्कर जोड़े हैं वो अपने इंपलॉयर वालों जो आई कार्ड इशू किया गया है वो मूव कर सकते हैं। लेकिन इस वास्ते असी टाइमिंग जी है सवेरे 7 बजे तो 9 बजे तक और शामी 5 बजे तो 7 बजे तक फिक्स की हैगी। जो शॉपकीपरस हैं एसेंशियल सर्विसिज वाले उन्होंने किसी भी पास की लोड़ नहीं है कि अपना परसनल आई कार्ड बना के अपने डॉक्यूमेंट दुकान पर रख के वो सवेरे हूँ क्योंकि पहला टाइम जोड़ा वो बकरा सेगा हूँ सवेरे 7 बजे तो 3 बजे तक क्योंकि दुकाना खुल सकदियां हैं तो इस करके सवेरे 6 बजे तो 7 बजे तक अपनी दुकाना पर जा सकते हैं और असेंशियल सर्विसिज की दुकाना तो चूंकि 7 बजे तक खुल सकदियां हैं तो इस करके शामी 6 बजे तो 7 बजे तक मुड़ के आ सकते हैं। जोड़े होर शॉपकीपरस हैं वो हूँ सवेरे 6 बजे तो 7 बजे तक मूवमेंट जी है वो सवेरे कर सकते हैं और फिर दोबारा वापस जोड़ा है 3 बजे तो 4 बजे के विचकार वापस आ सकते हैं। इस वास्ते कोई स्पेशल पास की लोड़ नहीं है कि अपने दुकान के कागज जोड़े हैं उ लेके वो नाल चले चलन। जोड़े वेयर हाउसिस वगैरह जोड़े हैं उन्होंने जो खोल सकते हैं सारे खुल सकते हैं वो भी अपना परसनल आई कार्ड जोड़ा है उस अपना कम जोड़ा है चला सकते हैं। मिल्क वेंडर जोड़े हैं जिम्मे पहला अलाउड से उसी तरह अलाउड रहेंगे और बाकी सारी कैटेगरियां जिहड़ियां हैगियां उहदे वास्ते उन्होंने हाले ई पास जिहड़ा हैगा जारी करवाना पवेगा। जिहड़ी पैदल चलन वास्ते आम पब्लिक जिहड़ी हैगी वो सवेरे 7 बजे तो 3 बजे तक एक करदा एक बंदा जिहड़ा हैगा वो बाहर जा सकता है अपनी असेंशियल सर्विसिज जो भी काम करवाना हैगा उहदे वास्ते किसी भी तरह के पास की लोड़ नहीं हैगी। लेकिन ऑन फुट ही वो चलूगा गड्डी की वरतों नहीं करेगा। लेबरर वर्कर जिहड़े हैगे जिवें दस्सिया सीगा सवेरे 7 बजे तो 9 बजे तक और शामी 5 बजे तो शामी 7 बजे तक इंपलॉयर वालों जो पास उन्होंने इशू किया गया है वो तुर फिर सकता है। तो यह सारी हिदायत जगियां लोगों की सहूलत वास्ते जारी की गई हैं लेकिन मेरी लोगों को रिक्वेस्ट हैगी कि इन्हों चंगी तरह फॉलो करन और कोशिश करन कि कट तो कट ही बाहर निकलन और घर के अंदर रह के अपने आप को सेफ रखन और समाज में सेफ रखन।